ਬਚੇ ਆ ਅਤੇ ਬਹੁਤਿਆਂ ਦੇ ਜਲਦ ਵਾਪਸ ਆਉਣ ਦੀ ਉਮੀਦ ਹੈ ਪਰ ਦੋ ਫੁੱਲ ਟਾਈਮ ਸਥਾਈ ਤੌਰ ਤੇ ਰਹਿਣ ਲਈ ਤਿਆਰ ਹਨ। ਯੂਕਰੇਨ ਦੇ ਰਾਸ਼ਟਰਪਤੀ ਨੇ ਇੱਕ ਵਾਰ ਫਿਰ ਤੋਂ ਰੂਸ ਨੂੰ ਸਟੇਸ਼ਨ ਉੱਤੋਂ ਫੌਜ ਹਟਾਉਣ ਲਈ ਬੁਲਾ ਰਹੇ ਹਨ ਜਦਕਿ ਰੂਸ ਦੇ ਰੱਖਿਆ ਮੰਤਰਾਲੇ ਯੂਕਰੇਨ ਉੱਪਰ ਯੂਰਪ ਵਿੱਚ ਪਰਮਾਣੂ ਤਬਾਹੀ ਦਾ ਖਤਰਾ ਪੈਦਾ ਕਰਨ ਦੇ ਦੋਸ਼ ਲਗਾ ਰਹੇ ਹਨ। ਦੋਵੇਂ ਧਿਰਾਂ ਪਰਮਾਣੂ ਪਲਾਂਟ ਦੇ ਨੇੜੇ ਗੋਲਾਬਾਰੀ ਲਈ ਇੱਕ ਦੂਜੇ ਤੇ ਦੋਸ਼ ਲਗਾ ਰਹੀਆਂ ਹਨ। ਇਹ ਸਹੂਲਤ 6 ਮਹੀਨੇ ਪਹਿਲਾਂ ਚੱਲੇ ਯੁੱਧ ਵਿੱਚ ਇੱਕ ਹੌਟਸਪੌਟ ਸੀ। IAEA ਦੇ ਮੁਖੀ ਨੇ ਬਿਆਨਾਂ ਵਿੱਚ ਬੋਲਦੇ ਹੋਏ ਆਪਣੀ ਏਜੰਸੀ ਦੀਆਂ ਸੀਮਾਵਾਂ ਨੂੰ ਸਵੀਕਾਰ ਕੀਤਾ। I don't want to aggrandize or pretend that what we are doing is going to either settle this terrible war. Sasanayin ng maaga ang mga alaga ng hayop na maiwan sa bahay. Basta siguruhin makakapaglaan pa rin ang panahon para samahan at makipaglaban. Dagdag niya, mas mabuti kung sasanayin ng maaga ang mga alaga ng hayop na maiwan sa bahay. Basta siguruhin makakapaglaan pa rin ang panahon para samahan at makipaglaro sa kanila.